ਮੇਰੀ ਭੈਣ ਨਾ ਬੜੀ ਮੈਂ ਮੁੜ ਕੇ ਤੈਨੂੰ ਮੀਆਂ ਵਾਲੀ ਵਿਆਹ ਦੇਣੀ ਉੱਥੇ ਦੇ ਭਾਈ ਤੇ ਖਲੋ ਕੇ ਊਠ ਨੂੰ ਸੁਰਮਾ ਪਾਉਣ ਡਿਆ ਹੁੰਦੇ ਨੀ अखबार चाउ डे होगा ना सीन खेतों में अकेली जा रही थी नून ने पकड़ के ऐन गैन कर दिया है बैठो 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 ले आना ले बंदे भी कितने एडे तेज हो जाए ना चवलां मैं सूप पे आया मैं क्या कैसा कहता बस चाह दे विच गोश पाया कब्रिस्तान खलो के कहन डई मेरी गल छड्ड अपनी मां दी दस की अपनी मां की कहंदी पीसी कब्रिस्तान खलो ओ तो बेचारी हज ते गई हाय हाय केड़ा वे पाया पैंगो हज ते नहीं गई हाजी सदीक ना गई रक्षे च बैठी रक्षे वाले ना लड़न डई सी ओनू कहन डई सी वे भाई हौली इन्हें झटके ते मेरा बंदा नहीं लाउंदा एहो जी नर्सां होंदी जिहड़ी मरीज नूं कहने दे जूस पिया फिर टीका लावांगे कसमे हो दी औरतां गड्डी च तेल पैंदा वेख के खुश हो जांदी ओ पेट्रोल पंप वाला कह दिंदा मैनूं लगदा मस्त हैगी ये भी एक कुड़ी अपनी मां ते पेट्रोल पंप ते लाइटां वेख के उत्थे दुआ शुरू कर दिंदी या बाबा पेट्रोल साईं टाइम लगे ते साडे घर आई मरे साडे टोकन छाट ले ਯਾ ਅਸੀਂ ਬਹਿੰਦਿਆਂ ਬਹਿੰਦਿਆਂ ਕੁਛ ਕਰ ਦਿੰਦੇ ਅੱਜ ਤੇ ਬੜੇ ਪਿਆਰੇ ਲੱਗ ਰਹੇ ਹੋ ਕਸਮੇ ਅੱਲਾ ਨਜ਼ਰੇ ਬਾਤੋਂ ਬਚਾਏ ਕੋ ਕਾਲਾ ਟਿੱਕਾ ਲਾ ਲਓ ਅੱਬਲ ਕੇ ਨਾਲ ਖਲੋਤਾ ਹੈ ਖੈਰ ਲੇਕਿਨ ਇਹ ਟਿੱਕਾ ਮੂੰਹ ਨੂੰ ਲੱਗਣ ਵਾਲਾ ਨਹੀਂ ਨਾ ਮੈਨੂੰ ਯਾਦ ਆ ਗਿਆ ਹੱਥ ਲਾਓ ਕਿੰਨੇ ਸੋਹਣੇ ਲੱਗ ਰਹੇ ਹੋ ਕੀ ਕਰਨ ਲੱਗਾ ਚਲੋ ਇਹਨੇ ਤੇ ਛੁਰੀ ਫੇਰੋ ਓਨੀ ਦੇਰ ਅੱਛਾ ਪਹਿਲੇ ਜਿਹੜਾ ਸੋਨਾ ਚਾਂਦੀ ਡਰਾਮਾ ਚੱਲਦਾ ਸੀ ਪੁਰਾਣਾ ਆਹੋ ਬਲੈਕ ਐਂਡ ਵਾਈਟ ਜਿਹਾ ਆਹੋ ਉਹਦੇ ਚੋਂ ਜਿਹੜੇ ਹੁੰਦੇ ਸਨ ਮਾਮਾ ਯਕੂਬ ਸਾਹਿਬ ਆ ਮੇਰੇ ਕੁਝ ਨਹੀਂ ਸੁਣ ਲੱਗਦੇ ਹੋ ਮੈਨੂੰ ਪਤਾ ਲੱਗਾ ਤੁਹਾਡੇ ਅੱਬਾ ਜੀ ਨੇ ਅੱਛਾ ਚਿੱਟੀ ਸੋਹਣੀ ਲੱਗਣ ਡਈ ਨਾ ਵੈਸੇ ਤਾਂ ਕਹਿੰਦਾ ਕਿ ਐਸਨ ਫੋਟੋਗ੍ਰਾਫਰ ਕੋਲੋਂ ਇੱਕ ਤਸਵੀਰ ਬਣਵਾ ਤੇ ਆਪਣੇ ਕਮਰੇ 'ਚ ਵੱਡੀ ਕਰਕੇ ਲਾ ਬਿਲਕੁਲ ਠੀਕ ਯਕੀਨ ਕਰ ਐਸਨ ਕੋਲ ਬਣਵਾਣਾ ਠੀਕ ਹੈ ਜੀ ਹਾਂਜੀ ਮੈਂ ਕਿਹਾ ਇਹਦੇ ਸੋਹਣੇ ਲੱਗ ਰਿਹਾ ਕੋ ਕਾਲਾ ਟਿੱਕਾ ਲਾ ਲਓ ਕਿਉਂ ਨਜ਼ਰ ਨੂੰ ਆਉਣੀ ਜਾਏ ਕਿਉਂ ਮਰਨਾ ਜਾਏ ਵੇ ਜਾ ਕੰਮ ਕਰ ਮੌਤ ਕੋਲੋਂ ਨਹੀਂ ਡਰਨਾ ਚਾਹੀਦਾ ਕਿਉਂ ਮੌਤ ਦਾ ਇੱਕ ਦਿਨ ਮੁਕਰਰ ਹੈ ਜਿਹੜੀ ਰਾਤ ਕਬਰ 'ਚ ਉਹ ਕਬਰ 'ਚ ਉਹਨੂੰ ਦੁਨੀਆ ਦੀ ਕੋ ਤਾਕਤ ਬਾਹਰ ਨਹੀਂ ਕੱਢ ਸਕਦੀ ਕਿੱਡੀ ਖੋਚ ਚਲੇ ਕਬਰ 'ਚ ਵੀ ਰਾਤ ਹੀ ਰੱਖੀ लाड़ा ही कटना पैना तू तो साड़ी मां भैन करती लाड़िया।
ਬਚਾਵਾਂ। ਮੇਰੇ ਕੋਲ ਪੈਸਾ ਕੋਈ ਨਹੀਂ। ਜਾਨੂ ਹਾਂਜੀ, ਆਈ ਲਵ ਯੂ, ਆਈ ਲਵ ਯੂ 2, 3, 5, 7 ਵਾਰੀ ਹੋਰ ਵੀ। ਜਾਨੂ ਹੁਣ ਤੱਕ ਬਰਾਤ ਕਿਉਂ ਨਹੀਂ ਲੈ ਕੇ ਆ ਰਹੇ? ਬਸ ਲੈ ਕੇ ਆ ਰਹੇ ਹਾਂ। ਜੇ ਤੁਸੀਂ ਹੁਣ ਬਰਾਤ ਜਲਦੀ ਨਾ ਲੈ ਕੇ ਆਏ, ਮੈਂ ਕਿਤੇ ਹੋਰ ਵਿਆਹ ਕਰ ਲੈਣਾ ਜੀ। ਕਰ ਲੈ, ਅਸੀਂ ਵੀ ਆ ਹੀ ਜਾਣਾ। ਵੈਸੇ ਤੁਹਾਡੇ ਮੂੰਹ ਦੀ ਤਾਰੀਫ ਨਹੀਂ, ਬੰਦਾ ਤੂੰ ਵੀ ਬਗੈਰਤ ਹੀ ਹੈ। ਤੇਰੇ ਨਾਲ ਗੁਜ਼ਾਰਾ ਵੀ ਬਗੈਰਤ ਦਾ ਹੀ ਹੈ। ਗੈਰਤ ਵਾਲਾ ਤੇਰੇ ਨਾਲ 2 ਮਿੰਟ ਨਹੀਂ ਕੱਢਦਾ। ਜਾਨੂ ਇੰਜ ਦੀਆਂ ਚਵਲਾਂ ਨਾ ਮਾਰੋ, ਤੁਹਾਡਾ ਮੇਰਾ ਵਿਆਹ ਹੋਣਾ ਹੈ। ਹੋਣਾ ਹੈ, ਕਿਉਂ ਨਹੀਂ ਹੋਣਾ? ਹਾਂਜੀ, ਰਿਵਰਸ ਲਾ ਜ਼ਰਾ। ਜਾਨੂ ਜਾਨੂ ਹਾਂਜੀ, ਛੇਤੀ ਆ ਜਾਓ, ਮੈਂ ਕਿਦੋਂ ਦੀ ਤਿਆਰ ਹੋ ਕੇ ਬੈਠੀ ਹਾਂ, ਉਦੋਂ ਆ ਕੇ ਜਦੋਂ ਮੇਰੀ ਡੇਟ ਐਕਸਪਾਇਰ ਹੋ ਜਾਏਗੀ। ਹੋ ਵੀ ਜਾਵੇ ਤੂੰ ਫਿਰ ਵੀ ਠੀਕ ਹੈ, ਪੀਸ ਵੇਖਣਾ ਚਾਹੀਦਾ ਕੀ ਹੋ ਜਾਏ। ਜਾਨੂ ਹਾਂਜੀ, ਮੇਰੇ ਲਈ ਬਰੀ ਚ ਜ਼ੇਵਰ ਕਿੰਨਾ ਲਿਆਇਓ? ਕਾਫੀ ਲਿਆਉਂਦਾ ਹੈ। ਕਿੰਨਾ? ਆਪਣਾ ਇੰਨਾ ਤੇ ਹੋਣਾ। ਹੁਣ ਯਾਦ ਨਹੀਂ ਆ ਰਿਹਾ ਕਿੰਨਾ ਹੈ। ਮੇਰੇ ਪੁੱਤਰ ਲਈ ਠੀਕ ਹੈ, ਇਹ ਹੀ ਸੀ। ਜੁੱਤੀਆਂ 100 ਜੋੜਾ ਲਿਆਂਦਾ। 100 ਜੋੜਾ? ਠੀਕ ਹੈ, ਜਿੱਥੇ ਕਹੋ ਹਨੀਮੂਨ ਮਨਾਵਾਂਗੇ। ਉੱਥੇ ਠੰਡ ਬੜੀ ਹੁੰਦੀ, 2-2 ਮਹੀਨੇ ਪੈਪਾਂ ਚ ਪਾਣੀ ਜੰਮਿਆ ਰਹਿੰਦਾ। ਆਹੋ, ਇਹ ਬੱਚੀ ਨੇ ਟੈਲੀਫੋਨ ਕਰਕੇ ਦੱਸਿਆ। ਤੂੰ ਤੂੰ ਤਾਂ ਪੱਤੋ ਕੀ ਨਹੀਂ ਗਿਆ? ਹਾਂ, ਕਿਸੇ ਹੋਰ ਇਲਾਕੇ ਚ, ਸ਼੍ਰੀਲੰਕਾ, ਉੱਥੇ ਨਹੀਂ ਜਾਣਾ। ਕਿਉਂ? ਉੱਥੇ ਰਾਣਾ ਟੁੰਗਾ, ਉਹਨੇ ਟੁੰਗ ਕੇ ਰੱਖ ਦੇਣਾ। ਅੱਛਾ, ਫਿਰ ਇਨਕਾ ਨਹੀਂ ਇੰਡੀਆ ਚਲਾ? ਹਾਂ, ਦੱਸ ਕਿੱਥੇ ਕਿੱਥੇ ਲੈ ਚੱਲਾਂ ਤੇਰੀ ਅੰਮੀ ਨੂੰ? ਉਹ ਲੈਟਰ ਨਜ਼ਰ ਵੀ ਨਹੀਂ ਆ ਰਿਹਾ ਕਿੱਧਰ। ਬਸ ਠੀਕ ਹੈ, ਤੂੰ ਚੱਲ, ਮੈਂ ਆਉਂਦਾ। ਜੋ ਮਾਰਕੀਟ ਦਾ ਰੇਟ ਚੱਲ ਰਿਹਾ, ਅਸੀਂ ਕੋਈ ਤੇਰੇ ਨਾਲ ਜ਼ਿਆਦਤੀ ਕਰਨੀ? ਗੁੰਡ ਤੇ ਕੱਟੋ ਕੱਟੋ ਕਰੋ, ਮੈਨੂੰ ਮੂੰਹ ਵਹਾਈ ਇੱਥੇ ਹੀ ਦੇ ਦਿਓ, ਮੈਂ ਉਹਨਾਂ ਪੈਸਿਆਂ ਨਾਲ ਸ਼ਾਪਿੰਗ। ਚੱਲ ਠੀਕ ਹੈ, ਠੀਕ ਹੈ ਨਾ? ਹਾਂ ਚਲੋ, ਗੁੰਡ ਚੁੱਕੋ। ਹੈਂ, ਉਧਰੋਂ ਕਿਹਨੇ ਚੁੱਕਣੇ? ਹੀ ਮੈਂ ਚੁੱਕਣਾ ਹੈ। ਅੱਛਾ, ਹਾਂ ਚਲੋ ਜਾਨੂ, ਗੁੰਡ ਚੁੱਕੋ। ਇਹ ਕਿੱਧਰ ਲਈ ਫਿਰਦੀ? ਇਹ ਬੰਦੇ ਇੰਜ ਥਕਾ ਦਿੰਦੀ ਹੈ। ਚਲੋ ਜਾਨੂ, ਗੁੰਡ ਚੁੱਕੋ। ਇਧਰ ਕੀ ਬਾਟ ਸਾਹਿਬ ਨੇ ਚੁੱਕਣਾ ਹੈ? ਇਧਰ ਆ ਜਾ, ਵਿਚਕਾਰ ਚੁੱਕੋ। ਹਾਂ ਜਾ, ਲਾਇਆ ਚੱਕਰ, ਲਾਇਆ ਸੁੱਟ ਦੇਣਾ ਮੈਂ ਤੈਨੂੰ ਪਿੱਛੇ। ਕਰ ਗੁੰਡ ਕੱਢ। ਕੀ ਬਾਤ, ਕੀ ਵੇਖ ਰਹੇ ਹੈ? ਥੱਲਿਓ ਠੀਕ ਦਿਸਦੀ, ਹੁਣ ਵੇਖ। ਸਾਡੀ ਜੀਵਨ ਤੂੰ ਇੰਜ ਵੇਖੇ? ਹਾਂ, ਬਿਸਮਿਲਲਾ, ਜਾਨੂ ਕੁੰਡ ਚੁੱਕੋ। ਅੱਲਾ ਸ਼ਾਫੀ, ਅੱਲਾ ਕਾਫੀ। ਕੰਬਦੇ ਕਿਉਂ ਪਏ ਹੋ? ਸ਼ਹਿਰ ਜਾ, ਤੂੰ ਸਮਝ ਆ ਅੰਮੀ ਦਾ ਗੁੰਡ ਚੁੱਕਣ ਲੱਗੇ ਤੇਰੀ ਦਾ। ਸੌ ਗਏ? ਚੱਲ ਠੀਕ ਹੈ। ਜਾਨੂ ਕੰਬਦੇ ਕਿਉਂ ਪਏ ਹੋ? ਓਏ, ਇਕੱਲੇ ਬੰਦੇ ਦਾ ਕੰਮ ਨਹੀਂ ਨਾ, ਉਹ ਚੁੱਕ ਵੀ ਦਿਓ। ਠਹਿਰ ਜਾ, ਪਤਾ ਨਹੀਂ ਸੁੱਤਾ ਕਿ ਜਾਗਦਾ ਹੈ। ਆਹ ਹਾ ਹਾ, ਚਲੋ ਮੂੰਹ ਵਾਹੀ ਕੱਢੋ। ਦੇ ਦਿਆਂਗੇ ਅਸੀਂ ਮਜ਼ਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਜ਼ਦੂਰੀ ਦੇਣੇ, ਤੈਨੂੰ ਹਜੇ ਪਸੀਨਾ ਆਇਆ ਹੀ ਨਹੀਂ। ਜਾਨੂ ਹਾਂਜੀ, ਛੇਤੀ ਆਓ ਨਾ ਬਰਾਤ ਲੈ ਕੇ। ਬਸ ਤੂੰ ਜਾ ਘਰ, ਅਸੀਂ ਆਉਂਦੇ ਪਏ। ਚਲੋ ਮੈਂ ਹੈਂ ਜਾ, ਮੈਂ ਜਾ ਰਹੀ। ਓਏ ਨਾ ਛੇੜ, ਨਾ ਸਰ ਕੁਝ ਨਹੀਂ ਹੁੰਦਾ, ਉਹ ਸਾਨੂੰ ਇਹੀ ਬਚਦਾ, ਛੱਡ ਦੇ। ਮੈਂ ਫਿਰ ਕੁੜੀ ਨੂੰ ਦੱਸ ਦੇ। ਓਏ ਹਾਂ, ਹੱਥ ਲਾਇਆ ਚੈੱਕ ਤੇ ਕਰ। ਕੈਸਾ ਕੈਸਾ, ਬਹੁਤ ਮਜ਼ਾ। ਆਹੋ, ਬਾਥਰੂਮ ਵਿੱਚ ਆਇਆ ਸਾਂ।
ਕੋਈ ਰੌਲਾ ਨਹੀਂ ਜਨਾਬ, ਕੰਮ ਕਰਨਾ ਹੁੰਦਾ ਸਾਰਾ ਸਟਾਫ ਬਾਹਰ ਬੈਠਾ। ਠੀਕ ਹੈ ਠੀਕ ਹੈ, ਸ਼ੂਟਿੰਗ ਵਾਸਤੇ ਸ਼ੂਟਿੰਗ ਹੈ। ਠੀਕ ਹੈ ਠੀਕ ਹੈ, ਬਜ਼ੁਰਗੋ ਇਹ ਕਰਾਓ ਸ਼ੂਟਿੰਗ ਜਰਾ। ਹਾਂ ਜੀ ਵਾਹ, ਸਦਕੇ ਜਾਵਾਂ, ਅੱਜ ਤੇ ਜਪਾਨੀ ਗੁੱਡੀ ਲੱਗਣ ਡਈ ਆ। ਮਿਹਰਬਾਨੀ, ਸਦਕੇ ਜਾਵਾਂ, ਇੱਧਰ ਤੇ ਵੇਖ ਬਾਜੀ ਵਾ, ਖੋਏ ਵਾਲੀ ਕੁਲਫੀ, ਖੋਏ ਵਾਲੀ ਕੁਲਫੀ ਖਾ ਲਿਆ ਕਿਉਂ, ਬਾਅਦ ਚ ਤੀਲਾ ਵੀ ਦੇ ਦੇਵਾਂਗੇ। ਅਸੀਂ ਕਾਰੀਗਰ ਬੰਦੇ ਆ, ਕੋਲੀ ਚ ਕੁਲਫੀ ਰੋੜ ਕੇ ਬਾਅਦ ਚਮਚੀਆਂ ਨਾਲ ਖਾਵਾਂਗੇ। ਤੇਰਾ ਕੁਲਫੀ ਨਾਲ ਕੁਛ ਨਹੀਂ ਬਣਨਾ, ਤੂੰ ਡਾਇਰੈਕਟ ਚੌਕਲੇਟ ਨੂੰ ਹੱਥ ਪਾ, ਤੈਨੂੰ ਫੇਰ ਤੇ ਸਹੀ ਚਾਬੀ ਵਾਲੀ ਗੁੱਡੀ ਲੱਗਣ ਡਈ। ਇੰਜ ਕਰਕੇ ਚਾਬੀ ਦਿਓ, ਟਿਕ 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 ਟਿਕ। ਬਾਬਾ ਤੂੰ ਵੀ ਸੱਲਾਂ ਵਾਲਾ ਕੁੱਤਾ ਲੱਗਣਾ, ਚਾਬੀ ਦਿਓ। ਇਹ ਬੱਚੇ ਤੋਂ ਵੀ ਮੇਰੇ ਮਗਰ ਹੋਏ ਇਹਨਾਂ ਨੂੰ ਬਾਬਾ ਲੱਭਾ, ਤੂੰ ਵੀ ਹੋਰ ਸੀ ਕਿਨੂੰ ਮੈਂ ਕਹੇ ਕਰ ਦਿੰਦਾ। ਸੋ ਜੀ ਬਾਬਾ ਜੀ, ਇਹ ਤੁਸੀਂ ਫਿਲਮਾਂ 'ਚ ਕੰਮ ਕਰਦੇ ਹੋ ਵਾਲਾ, ਤੁਹਾਡੀਆਂ ਫਿਲਮਾਂ ਕਿਉਂ ਫਲਾਪ ਹੁੰਦੀਆਂ? ਕਿਉਂ ਫਲਾਪ? ਤੁਸੀਂ ਆਪਣੇ ਬਜ਼ੁਰਗ ਯੂਟੀਲਾਈਜ਼ ਨਹੀਂ ਕਰਦੇ। ਉਹ ਕਿਵੇਂ? ਇੰਡੀਆ ਵੇਖੋ, ਆਪਣੇ ਬਜ਼ੁਰਗਾਂ ਨੂੰ ਕੰਮ ਦਿੰਦਾ, ਤੁਸੀਂ ਵੀ ਦੇਵੋ ਆਪਣੇ ਬਾਬਿਆਂ ਨੂੰ ਫਿਲਮਾਂ 'ਚ ਕੰਮ। ਹੁਣ ਹੀ ਕੰਮ ਦਵਾਨੀਆਂ, ਦੇਖੋ ਜ਼ਰਾ ਕਿਹੜਾ ਕੰਮ ਮਿਲਦਾ। ਅੱਛਾ ਜੀ, ਸੈਕਟਰੀ, ਓਏ ਸੈਕਟਰੀ, ਨਹੀਂ ਮੈਂ ਨਹੀਂ ਕਰਨਾ, ਮੈਂ ਲਾ ਲਈ ਉੱਥੇ ਲੈ ਲਓ। ਚੌਧਰੀ ਤੁਹਾਡੀ ਭੈਣ ਨੂੰ ਚੁੱਕ ਕੇ ਲੈ ਗਿਆ। ਮੈਂ ਨੀ ਫਿਲਮ ਕਰਦਾ। ਹੌਸਲਾ ਕਰੋ, ਪਹਿਲੇ ਸੀਨ ਚ ਭੈਣ ਚੁਕਾਤੀ, ਤੂੰ ਲਾਂਤੀ ਆ। ਉਹ ਬਾਬਾ ਇੱਕ ਵਾਰੀ ਚੁੱਕੀ ਜਾਣੀ, ਅੱਗੇ ਉਹਨੇ ਆਪ ਆਦੀ ਹੋ ਜਾਣਾ। ਤੂੰ ਮੈਨੂੰ ਲੱਗਦਾ ਬਾਬੇ ਦਾ ਹੀ ਕਿਤੇ ਮੁੰਡਾ ਹੈ, ਤੈਨੂੰ ਸਾਰਾ ਪਤਾ। ਮੇਰੀ ਗੱਲ ਸੁਣੋ ਬਾਬਾ ਜੀ, ਸੀਨ ਆ ਕੇ ਚੌਧਰੀ ਤੁਹਾਡੀ ਭੈਣ ਨੂੰ ਚੁੱਕ ਕੇ ਲੈ ਗਿਆ, ਤੇ ਇਹ ਚੌਧਰੀ ਦੀ ਹਵੇਲੀ ਹੈ। ਠੀਕ ਹੈ, ਤੂੰ ਇੱਥੇ ਆ ਕੇ ਕਹਿੰਦਾ ਆ ਚੌਧਰੀ, ਓਏ ਮੇਰੀ ਭੈਣ ਦਾ ਦੁਪੱਟਾ ਵਾਪਸ ਕਰ। ਠੀਕ ਹੈ, ਗੈਰਤਮੰਦ ਦਾ ਸੀਨ ਹੀ। ਚਲੋ ਠੀਕ ਹੈ, ਚੌਧਰੀ ਤੇਰੀ ਭੈਣ ਚੁੱਕ ਕੇ ਲੈ ਗਿਆ। ਚੱਲ ਜਾਂਦੀ ਨਹੀਂ ਸੀ, ਉਹ ਘਸੀਟ ਕੇ ਲੈ ਗਿਆ। ਔਰ ਕਿਉਂ ਦੱਸ ਰਿਹਾ ਪਰਿਓ? ਚਲੋ ਕੈਮਰਾ ਚਲਾਓ, ਸਟਾਰਟ ਆਨ ਕੈਮਰਾ, ਐਕਸ਼ਨ। ਆ ਚੌਧਰੀ, ਛੋਟਾ ਜਿਹਾ ਸੀਨ ਕਰ ਲੋਗੇ? ਹਾਂਜੀ, ਵੈਰਤਮੰਦ ਦਾ ਸੀਨ ਜੀ। ਮੇਰੇ ਨਾਲ ਅੱਛਾ ਕੌਣ ਕਰ ਸਕਦਾ? ਵੈਰਤਮੰਦ ਦਾ ਹਾਂ, ਦੱਸ। ਸੀਨ ਐਵੇਂ ਕਿ ਚੌਧਰੀ ਤੁਹਾਡੀ ਭੈਣ ਨੂੰ ਚੁੱਕ ਕੇ ਲੈ ਗਿਆ। ਮੈਂ ਨੀ ਫਿਲਮ ਕਰਦਾ। ਹੌਸਲਾ ਕਰੋ, ਉਹ ਪਹਿਲੇ ਸੀਨ 'ਚ ਭੈਣ ਚੁਕਾਤੀ, ਤੂੰ ਲਾਂਤੀ ਆ। ਉਹ ਬਾਬਾ ਇੱਕ ਵਾਰੀ ਚੁੱਕੀ ਜਾਣੀ, ਅੱਗੇ ਉਹਨੇ ਆਪ ਆਦੀ ਹੋ ਜਾਣਾ। ਤੂੰ ਮੈਨੂੰ ਲੱਗਦਾ ਬਾਬੇ ਦਾ ਹੀ ਕਿਤੇ ਮੁੰਡਾ ਹੈ, ਤੈਨੂੰ ਸਾਰਾ ਪਤਾ। ਮੇਰੀ ਗੱਲ ਸੁਣੋ ਬਾਬਾ ਜੀ, ਸੀਨ ਐਵੇਂ ਕਿ ਚੌਧਰੀ ਤੁਹਾਡੀ ਭੈਣ ਨੂੰ ਚੁੱਕ ਕੇ ਲੈ ਗਿਆ, ਤੇ ਇਹ ਚੌਧਰੀ ਦੀ ਹਵੇਲੀ ਹੈ। ਠੀਕ ਹੈ, ਤੂੰ ਇੱਥੇ ਆ ਕੇ ਕਹਿੰਦਾ ਆ ਚੌਧਰੀ, ਓਏ ਮੇਰੀ ਭੈਣ ਦਾ ਦੁਪੱਟਾ ਵਾਪਸ ਕਰ। ਠੀਕ ਹੈ, ਗੈਰਤਮੰਦ ਦਾ ਸੀਨ ਹੀ। ਚਲੋ ਠੀਕ ਹੈ, ਚੌਧਰੀ ਤੇਰੀ ਭੈਣ ਚੁੱਕ ਕੇ ਲੈ ਗਿਆ। ਚੱਲ ਜਾਂਦੀ ਨਹੀਂ ਸੀ, ਉਹ ਘਸੀਟ ਕੇ ਲੈ ਗਿਆ। ਚਲੋ ਕੈਮਰਾ ਚਲਾਓ, ਸਟਾਰਟ ਆਨ ਕੈਮਰਾ, ਐਕਸ਼ਨ। ਓਏ ਚੌਧਰੀ, ਓਏ ਚੌਧਰੀ, ਮੇਰੀ ਭੈਣ ਦਾ ਦੁਪੱਟਾ ਵਾਪਸ ਕਰ। ਫੜ ਕੀ ਰੌਲਾ ਪਾਇਆ ਤਾ? ਜੀ ਬੜੇ ਬੜੇ ਚੌਧਰੀ ਵੇਖੇ, ਐਡਾ ਸਟੇਟ ਫਾਰਵਰਡ ਚੌਧਰੀ ਮੈਂ ਨਹੀਂ ਵੇਖੇ। ਉਹ ਬਾਹਰ ਆਏ ਚੌਧਰੀ, ਉਹ ਬਗੈਰ ਤਾਂ ਮੇਰੀ ਭੈਣ ਦਾ ਦੁਪੱਟਾ ਪੀਲਾ ਸੀ। ਅੱਛਾ, ਮੈਂ ਤੇਰੇ ਵਾਲੀ ਦਾ ਹੋਣਾ ਲੈ, ਮੇਰੀਆਂ ਦੁਪੱਟਾ ਲੈਂਦੀਆਂ ਹੀ ਨਹੀਂ। ਬਗੈਰ ਤੋਂ ਵੇਖੋ ਤਾਂ ਸਹੀ, ਅੱਜ ਤੇਰੇ ਤੇ ਗਜ਼ਲ ਕਹਿਣ ਨੂੰ ਦਿਲ ਕਰ ਰਿਹਾ। ਜਿਹੋ ਜਿਹੇ ਨੇ ਕੱਪੜੇ ਪਾਏ ਨੇ ਕਿ ਸੰਗੇ ਮਰਮਰ ਸੇ ਤਰਾਸ਼ਾ ਯੇ ਤੇਰਾ ਸ਼ੋਖ ਬਦਨ, ਇਸ ਮੇ ਢਲ ਜਾਣੇ ਕੋ ਜੀ ਚਾਹਤਾ ਹੈ। ਵਾਹ ਜੀ ਵਾਹ, ਤੇਰੀ ਅੰਮੀ ਕੋ ਛੇੜ ਕੇ ਚਿੱਤਰ ਖਾਣੇ ਕੋ ਜੀ ਚਾਹਤਾ ਹੈ। ਵਾਹ, ਕੀ ਮੈਂ ਕਿਹਾ? ਹਾਂ ਜੀ, ਬੱਚੀ ਤੂੰ ਲਿਆ? ਨਹੀਂ, ਮੇਰੀ ਬੀ ਨਹੀਂ। ਬਗੈਰਤਾ ਕੀ ਮਤਲਬ? ਉਦੋਂ ਦਾ ਐਵੇਂ ਨਹੀਂ ਟੱਪੀ ਆਉਣ ਡਿਆ ਤੂੰ, ਉਸ ਪੀ ਸੀ ਤੇਰਾ ਮਾਣ ਨਹੀਂ ਚੋੜਾ ਜਿਹਾ। ਚਾਚਾ ਜੀ ਤੁਸੀਂ ਮੇਰੀ ਮੈਨੂੰ ਪਹਿਲੇ ਦੱਸ ਦਾ ਭੈਣ ਆ ਤੇਰੀ? ਉਹ ਕੋਈ ਨਹੀਂ, ਮਾਮਾ ਬਣਾ ਦੇਵਾਂਗੇ। ਕੀ ਹੋਇਆ? ਉਹ ਚੜ ਕੇ ਪੈ ਗਿਆ ਤੂੰ ਚਵਲਾ। ਤੂੰ ਜਿਹੜੇ ਹਕੀਮ ਕੋ ਜਾਣਾ, ਉਹਦੇ ਅੱਗੇ ਹਕੀਮ ਕੋ ਗਿਆ ਹੁੰਦਾ। ਤੂੰ ਮਾਮਾ ਕਟਾ ਦਾ ਹੋ ਕੀ ਕਰਦੇ ਆ ਬੀਬੀ ਜੀ? ਅੱਛਾ, ਉਹਨੂੰ ਜ਼ਿਆਦਾ ਗੱਲਾਂ ਨਹੀਂ ਕਰਨਾ, ਉਹ ਗੈਰਤ ਵੀ ਖਾ ਜਾਂਦਾ ਹੈ। ਹਾਂ ਹਾਂ, ਸ਼ੇਰ ਕਹੋ। ਹਾਂ ਸ਼ੇਰ, ਤੂੰ ਕਹਿ ਤੂੰ ਕਿ ਦਾਣਾ ਕਢਾਈਆਂ। ਬਾਬਾ ਬਸ ਦੇ ਵਿੱਚ ਬੈਠਾ, ਕਨੈਕਟ ਕਰਦਾ, ਅੱਗੇ ਅੱਗੇ ਹੋ ਜਾਓ। ਇਹ ਅੱਗੇ ਹੋ ਗਿਆ।